बिल्कुल बढ़िया। आप पंजाबी आती है? मेरे पास एक्चुअली शब्द नहीं है अपनी फीलिंग बयान करने लिए, और तुसी दसो तुहानू की लग रहा है। ਸੋ ਬਿਲਕੁਲ ਜੀ, ਕੁਲਚੇ ਛੋਲੇ ਹੁਣ ਦੇ ਮਿਊਜ਼ਿਕ ਲਾਉਂਦੇ ਮੌਜੂਦਾ ਹਰ ਨਾਲ ਜਨਦਤ ਜੁਬੇਰ। ਸੋ ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਕਿ ਮੋਸਟ ਵੈਲਕਮ ਕਿ ਚੰਡੀਗੜ੍ਹ 'ਚ ਆਏ ਹੋ ਔਰ ਡੈਬਿਊ ਹੋਣ ਜਾ ਰਿਹਾ ਕੁਲਚੇ ਛੋਲੇ ਤੋਂ, ਕਿਵੇਂ ਦੀ ਫੀਲਿੰਗ? ਬਹੁਤ ਹੀ ਅਮੇਜ਼ਿੰਗ ਫੀਲਿੰਗ ਆ। ਮੈਂ ਸਭ ਨੂੰ ਇਹੀ ਬੋਲ ਰਹੀ ਹਾਂ ਕਿ ਮੇਰੇ ਪਾਸ ਐਕਚੁਅਲੀ ਸ਼ਬਦ ਨਹੀਂ ਹੈ ਆਪਣੀ ਫੀਲਿੰਗ ਬਿਆਨ ਕਰਨ ਲਈ, ਔਰ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਟ੍ਰੇਲਰ ਦੇਖ ਕੇ? ਜਦੋਂ ਦਾ ਟ੍ਰੇਲਰ ਰਿਲੀਜ਼ ਹੋਇਆ ਨਾ, ਸਾਰੇ ਕਹਿੰਦੇ ਵੀ ਸੱਚੀ ਜੰਨਤ ਆ ਗਈ। ਬਿਲਕੁਲ। ਓ ਦੈਟਸ ਸੋ ਸਵੀਟ, ਥੈਂਕ ਯੂ। ਕਿੰਨਾ ਦੇ ਕੰਪਲੀਮੈਂਟ ਮਿਲ ਰਿਹਾ, ਕਿੰਨੇ ਕਮੈਂਟਸ ਆ ਰਹੇ? ਬਹੁਤ ਕੰਪਲੀਮੈਂਟਸ ਮਿਲ ਰਹੇ ਹੈ, ਬਹੁਤ ਐਪਰੀਸੀਏਸ਼ਨ ਮਿਲ ਰਹਾ ਹੈ, ਸਪੈਸ਼ਲੀ ਮੇਰੇ ਪੰਜਾਬੀ ਲਈ, ਕਿਉਂਕਿ ਮੇਰੇ ਲਈ ਐਕਚੁਅਲੀ ਬਹੁਤ ਹੀ ਵੱਡਾ ਚੈਲੰਜ ਸੀਗਾ ਫਿਲਮ ਤੋਂ ਪਹਿਲੇ ਕਿ ਮੈਂ ਪੰਜਾਬੀ ਇੰਡਸਟਰੀ ਤੋਂ ਡੈਬਿਊ ਕਰਨੇ ਜਾ ਰਹੀ ਹਾਂ, ਔਰ ਪੰਜਾਬੀ ਫਲੂਐਂਟ ਹੋਣਾ ਜਾਂ ਪੰਜਾਬੀ ਕਰੈਕਟ ਹੋਣਾ ਡਾਇਲੋਗਸ ਵਿੱਚ ਐਟਲੀਸਟ ਇਜ਼ ਵੈਰੀ ਇੰਪੋਰਟੈਂਟ। ਸੋ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਲੋਕਾਂ ਨੂੰ ਪਸੰਦ ਆ ਰਹੀ ਹੈ ਔਰ ਉਹ ਖੁਸ਼ ਹੈ। ਬਹੁਤ ਲੋਕ ਪੁੱਛਣਾ ਚਾਹੁੰਦੇ ਕਿ ਤੁਸੀਂ ਨਾ ਇੰਨੀ ਲੇਟ ਕਿਉਂ ਹੋ ਗਏ ਫਿਲਮ ਕਰਨ ਤੋਂ? ਮਿਹਨਤ ਹੈ, ਸਾਰੇ ਹੀ ਕਰਦੇ ਆ, ਬਟ ਮਿਹਨਤ ਨੂੰ ਫਲ ਲੱਗਣਾ ਜ਼ਰੂਰੀ ਹੁੰਦਾ ਤੇ ਉਹ ਲੱਗ ਰਿਹਾ। ਵਾਹਿਗੁਰੂ ਦੀ ਕਿਰਪਾ। ਸੁਰਤ ਯਾਦਾਂ ਨੇ ਜਿਹੜੀਆਂ ਸੈੱਟ ਦੇ ਦੌਰਾਨ ਅੱਜ ਤੁਸੀਂ ਸਾਂਝੀ ਕਰੋ ਸਾਡੇ ਨਾਲ, ਕੋਈ ਇੱਕ ਪਿਆਰੀ ਯਾਦਾਂ ਇਹੀ ਆ ਵੀ ਜੰਨਤ ਜਦੋਂ ਪਹਿਲੇ ਦਿਨ ਆਈ ਸੀਗੀ ਨਾ, ਅਤੇ ਇਹਨੂੰ ਡਰ ਸੀਗਾ ਕਿ ਮੈਂ ਪੰਜਾਬੀ ਨਹੀਂ ਬੋਲ ਪਾਵਾਂਗੀ। ਹੁਣ ਇਹਦੀ ਪੰਜਾਬੀ ਇੰਨੀ ਵਧੀਆ ਹੋ ਗਈ, ਹਿੰਦੀ ਖਰਾਬ ਹੋ ਗਈ ਹੈ। ਦਾਰਾ ਸਿੰਘ ਸਟਾਈਲ ਬੋਲਦੀ ਹੈ ਉਹਨਾਂ ਦੀ, ਕੋਈ ਡਾਇਲੋਗ ਪੰਜਾਬੀ ਜ਼ਰੂਰ। ਨਹੀਂ, ਉਹ ਤਾਂ ਮੈਂ ਸਭ ਨੂੰ ਇਹੀ ਬੋਲ ਰਹੀ ਹਾਂ, ਮੇਰੇ ਵੀ ਬਹੁਤ ਸਾਰੇ ਦੋਸਤ ਆ, ਬਹੁਤ ਸਾਰੇ ਨੋਨ ਪੀਪਲ ਆ ਜੋ ਕਿ ਪੰਜਾਬੀ ਜਾਣਦੇ ਹੈ, ਔਰ ਮੈਨੂੰ ਕਈ ਵਾਰੀ ਉਹਨਾਂ ਨੇ ਬੋਲਿਆ ਕਿ ਜੰਨਤ ਪਲੀਜ਼ ਇੱਕ ਵਾਰ ਕੁਛ ਪੰਜਾਬੀ ਮੈਂ ਡਾਇਲੋਗ ਆਪਣਾ ਬੋਲ ਕੇ ਬਤਾਓ, ਔਰ ਮੈਂ ਸਭ ਨੂੰ ਇਹੀ ਦੱਸ ਰਹੀ ਸੀ ਕਿ ਅਗਰ ਜੰਨਤ ਦੀ ਪੰਜਾਬੀ ਤੁਹਾਨੂੰ ਸੁਣਨੀ ਹੈ ਤਾਂ 11 November ਨੂੰ ਕੁਲਚੇ ਛੋਲੇ ਰਿਲੀਜ਼ ਹੋਣ ਜਾ ਰਹੀ ਹੈ, ਸੋ ਤੁਹਾਨੂੰ ਸਿਨੇਮਾ ਵਿੱਚ ਜਾ ਕੇ ਹੀ ਸੁਣਨ ਮਿਲੇਗੀ, ਔਰ ਐਵੇਂ ਨਹੀਂ। ਲਾਸਟ ਟਾਈਮ ਕੁਲਚੇ ਛੋਲੇ ਕਦੋਂ ਖਾਧੇ ਸੀ? ਆਈ ਥਿੰਕ ਡਿਊਰਿੰਗ ਮਾਈ ਸ਼ੂਟ ਓਨਲੀ। ਯਾ ਡਿਊਰਿੰਗ ਤਾਂ ਬਹੁਤ ਖਾਧੇ ਆ, ਅਸੀਂ ਤਾਂ ਖਾਂਦੇ ਰਹਿੰਦੇ ਸੀ ਪੰਜਾਬ, ਸਾਨੂੰ ਟੈਨਸ਼ਨ ਸੀਗੀ, ਇਹਨੇ ਬਹੁਤ ਖਾਧੇ। ਕਿਹੜੀ ਅਦਲੀ ਮੈਮਰੀ ਹੈ ਨਾ ਤੁਹਾਡੀ ਯਾਦ ਆ, ਜਿਹੜੀ ਤੁਹਾਨੂੰ ਤਮਾਮ ਉਮਰ ਤੱਕ ਯਾਦ ਰਹੂਗੀ? ਤੁਹਾਡੀ ਪਹਿਲੀ ਪੰਜਾਬੀ ਫਿਲਮ ਨਾ ਯਾਦ ਹੁੰਦਾ ਵੀ ਆ ਸੈੱਟ ਤੇ ਇਦਾਂ ਹੋਇਆ ਸੀ, ਤੁਹਾਨੂੰ ਹਮੇਸ਼ਾ ਯਾਦ? ਸੀ ਮੇਰੇ ਲਈ ਕਿਉਂਕਿ ਸਭ ਕੁਝ ਹੀ ਸ਼ੂਟਿੰਗ ਤੋਂ ਦੌਰਾਨ ਪਹਿਲੀ ਵਾਰੀ ਹੋਆ, ਪੰਜਾਬੀ ਇੰਡਸਟਰੀ ਪਹਿਲੀ ਵਾਰੀ ਮੈਂ ਕੰਮ ਕੀਤਾ, ਔਰ ਸਟਾਰਟਿੰਗ ਤੋਂ ਮੈਨੂੰ ਬਹੁਤ ਜ਼ਿਆਦਾ ਨਰਵਸਨੈਸ ਸੀ ਕਿ ਪੰਜਾਬੀ ਮੈਨੂੰ ਆਉਂਦੀ ਨਹੀਂ ਹੈ, ਮੇਰੀ ਫਸਟ ਲੈਂਗੁਏਜ ਨਹੀਂ ਆ, ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਵੇਂ ਹੋ ਗਿਆ, ਲੋਕ ਕਿਆ ਸੋਚਣਗੇ ਕਿ ਬੋਲ ਨਹੀਂ ਪਾ ਰਹੀ ਹੈ ਜਾਂ ਕਿਆ ਹੈ ਕਿਆ ਨਹੀਂ, ਬਟ ਐਸਾ ਕੁਝ ਵੀ ਨਹੀਂ ਹੋਆ, ਲੋਕ ਇੰਨੇ ਪਿਆਰੇ ਆ, ਇੰਨਾ ਵਾਰਮ ਵੈਲਕਮ ਕੀਤਾ, ਤਾਂ ਉਹ ਮੈਂ ਐਕਚੁਅਲੀ ਉਹ ਫੀਲਿੰਗ ਕਦੇ ਵੀ ਨਹੀਂ ਭੁੱਲ ਸਕਦੀ ਕਿ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿਆ ਮੇਰੀ ਪਹਿਲੀ ਫਿਲਮ ਤੋਂ। ਜਿੱਦਾਂ ਤੁਸੀਂ ਕਿਹਾ ਥੋੜ੍ਹੇ ਤੁਸੀਂ ਨਰਵਸ ਸੀਗੇ ਨਾ ਵੀ ਖਤਰਿਆਂ ਨਾਲ ਲੜਨ ਵਾਲੀ ਕੁੜੀ ਵੀ ਨਰਵਸ ਹੋ ਸਕਦੀ, ਮਤਲਬ ਜਿੱਦਾਂ ਤੁਸੀਂ ਕਿਹਾ ਵੀ ਥੋੜ੍ਹੇ ਤੁਸੀਂ ਨਰਵਸ ਸੀਗੇ ਨਾ, ਕਹਿ ਲੋਕਾਂ ਦਾ ਇਹ ਸਵਾਲ ਹੈ ਕਿ ਖਤਰਿਆਂ ਨਾਲ ਲੜਨ ਵਾਲੀ ਕੁੜੀ ਵੀ ਨਰਵਸ ਹੋ ਸਕਦੀ? ਹਾਂ, ਅਰੇ ਨਰਵਸ ਤਾਂ ਸਭ ਹੁੰਦੇ ਹੈ, ਕਿੰਨੇ ਵੀ ਕਠੋਰ ਹੋ, ਕਿੰਨੇ ਵੀ ਸਟਰੋਂਗ, ਕਿੰਨੇ ਵੀ ਬਰੇਵ ਹੋ, ਕਈ ਨਾ ਕਈ ਨਰਵਸਨੈਸ, ਔਰ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਨਰਵਸ ਹੋਣਾ ਵੀ ਜ਼ਰੂਰੀ ਹੈ ਔਰ ਅੱਛਾ। ਤੁਹਾਡਾ ਕਰੈਕਟਰ ਵਾ ਕਮਾਲ ਆ ਨਾ, ਉਹ ਭਾਊ ਵਾਲਾ ਕਰੈਕਟਰ, ਤੇ ਤੁਸੀਂ ਇੱਕ ਕਮੇਡੀ ਤੋਂ ਅਲੱਗ ਜੁੰਦੇ ਦਾ ਕਰੈਕਟਰ ਕੀਤਾ, ਉਹਦੇ ਬਾਰੇ ਥੋੜ੍ਹਾ। ਹਾਂਜੀ, ਤੁਹਾਨੂੰ ਪਸੰਦ ਆਇਆ? ਵਧੀਆ ਦੇਖਿਆ ਟ੍ਰੇਲਰ? ਹਾਂਜੀ ਹਾਂਜੀ, ਤੇ ਚਲੋ ਕੋਸ਼ਿਸ਼ ਤਾਂ ਹੁੰਦੀ ਹੀ ਆ ਵੱਖਰਾ ਹਰ ਇੱਕ ਦੀ ਕਰਨ ਦੀ, ਬਟ ਗੱਲ ਹੁੰਦੀ ਮੌਕਾ ਮਿਲਣ ਦੀ। ਸੋ ਥੈਂਕਸ ਟੂ ਸਾਗਾ ਅਤੇ ਪੂਰੀ ਕੁਲਚੇ ਛੋਲੇ ਦੀ ਟੀਮ ਨੂੰ ਜਿਨ੍ਹਾਂ ਨੇ ਭਰੋਸਾ ਦਿਖਾਇਆ, ਅਤੇ ਮੈਂ ਵੀ ਫਿਰ ਮਿਹਨਤ ਕੀਤੀ ਆ। ਕਈ ਵਾਰੀ ਤੁਸੀਂ ਮਿਹਨਤ ਕਰਦੇ ਹੋ, ਸਾਹਮਣੇ ਹੋ, ਉਹ ਰਿਜ਼ਲਟ ਨਹੀਂ ਆਉਂਦਾ। ਇੱਥੇ ਇੱਦਾਂ ਹੋਇਆ ਕਿ ਜਿੰਨਾ ਆਰਟਿਸਟਾਂ ਨੇ ਮਿਹਨਤ ਕੀਤੀ ਆ, ਪ੍ਰੋਡਿਊਸਰ ਅਤੇ ਟੀਮ ਨੇ ਵੀ ਉਨੀ ਮਿਹਨਤ ਦਿਖਾਈ ਆ, ਅਤੇ ਉਹ ਜਦੋਂ ਦੋਨੇ ਪਾਸੋਂ ਫਿਰ ਸਪਾਰਕ ਹੁੰਦਾ ਨਾ, ਫਿਰ ਲੜੀਆਂ ਜਾਗਦੀਆਂ ਦੀਵਾਲੀ ਵਾਲੀਆਂ। ਥੈਂਕ ਯੂ ਸੋ ਮਚ, ਥੈਂਕ ਯੂ ਭਾਅ ਜੀ, ਥੈਂਕ ਯੂ। ਦਾ ਫਿਲਮ ਕੁਲਚੇ ਛੋਲੇ ਦਾ ਅੱਜ ਮਿਊਜ਼ਿਕ ਲਾਂਚ ਹੋਣ ਵਾਲਾ, ਦਿਲਰਾਜ ਬਾਈ ਮੌਜੂਦ ਨੇ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ? ਬਾਈ ਠੀਕ, ਚੜ੍ਹਦੀ ਕਲਾ ਜਮੀ ਐਨ ਵਧੀਆ। ਟ੍ਰੇਲਰ ਰਿਲੀਜ਼ ਹੋਇਆ ਨਾ, ਸੋ ਤੱਕ ਪਾਈ ਪਈ ਆ, ਇੱਕ ਵੱਖਰਾ ਪਨ ਜ਼ਰੂਰ ਲੱਗਿਆ ਨਾ, ਅਸੀਂ ਰਿਵਿਊ ਵੀ ਕੀਤਾ ਲੋਕਾਂ ਨੇ, ਟ੍ਰੇਲਰ ਦੀ ਰਿਵਿਊ ਕੀਤਾ, ਸੋ ਤੁਹਾਡੀ ਕਿੱਦਾਂ ਦੀ ਫੀਲਿੰਗ? ਮੈਨੂੰ ਤੁਹਾਡੇ ਤੋਂ ਸੁਣ ਕੇ ਨਾ ਮੈਨੂੰ ਬਹੁਤ ਚੰਗਾ ਲੱਗ ਰਿਹਾ, ਕਿਉਂਕਿ ਤੁਸੀਂ ਸਭ ਤੋਂ ਸਹੀ ਕ੍ਰਿਟਿਕ ਹੋ ਹੈ ਨਾ, ਜਿਹੜੇ
मतलब कोई कोई लुको नहीं, कोई कोई पॉलिशिंग नहीं, कुछ नहीं, है ना। सो जे तुसी ये लोग गल कह रहे हो तो सानू लगे कि असी कुछ चीज़ चंगी की है, चंगी बनाई है। अपने आप दिल भी की चीज़ वेखते होना कि जो प्यार मिल रहा है एक नवे वे आए होना कि डेब्यू हो जा रहा पंजाबी फिल्म की थोड़ा लगे? पहले मैं हसदा घट सी यार, हूँ मैंने 2000 कुड़ियों ने कहता भी तेरी समाइल सोनी, हूँ मैं चुप ही नहीं करता, हूँ मैं समाइल ही करता रहना, आ चेंज आई। मतलब कि चीज़ ने क्यों वेखते होना कि पंजाबी फिल्म रिलीज़ होंदिया ने, सो 11 तरीक नूं भी एक 3 फिल्मों ने रिलीज़ होना गा, सो नर्वस भी हो कितने कितने की वो चीज़? नहीं भाई, मेरी अरदास है कि गुरु साहब सारे मेरे वीरां दीआं मूवियां सोहणियां चलाउण, वो भी भरा ने है ना, तो उन्होंने भी उन्नी ही मेहनत की है, मैनू पता की एफर्ट्स लगते हैं है ना, तो किसी का आप माड़ा मंग ही नहीं सकते। सच्चे पातशाह मैं कहना सारे दी फिल्मां सुपरहिट करे, जिन्हें भी मेरे नाल रिलीज़ हो रही ने जिहड़ियां भी ने है ना, तो गुरु साहब बहुत मेहर करे। बहुत चंगे, बड़ी ईमानदारी जवाब दिता है चीज़ का, अप अपना पन बिल्कुल भाई, थोड़े लेखा थोड़ा मिल जाना, आ मेरे लेखा तो इतने है अच्छ मैं खड़े होना इतने है ना, तो मैं खड़ा तो फिर मैं कि गलों मरू मरू करना आप जी आप आम गल करते हैं है ना। फिर जिदा जानना तुरी भी कोल खड़े है ना कि अज तुम मतलब तमाम कह सकते हो सारी पंजाबी इंडस्ट्री चाहती इन्हें काम करना है ना, थोड़ा डेब्यू इन्हों काम होया, सो वो किमें वधिया कुड़ी है पीजी ने नहीं मैं तो इन्हें लै लेना माड़े इधर देखी तेरे बारे पूछ रहे मैं वधिया कुड़ी है तारीफ दे कोई कोई दो शब्द तुम फिर राइटर होना मौके पर जो कोई तुम इन दो शब्द कहो तो तू तो तीर्थां दे जांदे हो तू तो फकरां दी दित्ती हुई दुआ वर्गा तैनूं होर की आखा सजना तू तो मेरे आंदे आंदे साह वर्गा। एक्चुअली दिलराज ने फिल्म विच भी एक सॉन्ग लिखा है, मैनू डेडिकेट किया है, मैनू डिस्क्राइब करके मैनू डेडिकेट किया है। मैंने एक होर गीत किया सी साडा ना एक पैरा जन्नत है, एक सॉन्ग का नाम जन्नत गया ना, वो गाने का नाम है नहीं 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 तेरा गभरू दिल आ गया है ना, वो गाना है वो ना कहते एक अंतरा होर पाना मेरे मूहरे खड़ी सी ते ना मतलब अपने डांस करके हटी सी, सो इन पसीना होया सी, मैं दो मिनट खड़ जा फिर उन्होंने खड़ के देख के लिखा सी मैं जरा जितना लिखा तो मेरी भी हूँ ही दो लाइन दो आईया ने चाहे मैं जरूर कहूँगा नहीं कह सकते कि अज ना पंजाबी समझ लोगे नहीं तुझे दस दियो पूरा इंटरव्यू करने तो बाद पंजाबी समझ लोगे पूछ रहे हो तुसी सो कह सकते हैं कि आज जन्नत जमीन ते आ यटी अबरी यटी आज जन्नत जमीन ते आ मुँह तो खुदा तो घट नहीं गलता यकीन ते आ है ना। ओह सो नाइस वेरी थॉटफुल ऐसे ही बनाया तुसी तो नुक पता सी पहले से ऑनेस्टली थैंक यू थैंक यू चुन्नी दा मैं लड़ फड़ के वेखने जो हाथ पाए गाने तेरे हाय कदे कदे इंज लगे नी ए ता तुरों भी होए ने नंद मेरे हाय एक हाथ जिंद रखूंगा ते दूजे हाथ च रखूंगा चा सारे जे सुपने च आके दसदा हाय गल सामने नहीं होनी मुटियारे। थैंक यू।